अस्सलाम वालेकुम जी, मैं हूं तुहाडा अपना होस्ट प्रभा जी और मैं पहुंच गया हूं आज पिंड सुखो चक दे विच। सुखा सिंह दे नाम ते वसाया होया तकरीबन कोई 300 साल पहले दा जिहड़ा शहर है, ये छोटा जिहा शहर सी उस वेले, लेकिन अगर घटो घट देखा जाए तो इत्थे जिस वेले की मैं गल कर रहा हाँ उस वेले शकरगढ़ की आबादी जिहड़ी सी इत्थे तो लैस दैन 3% सी और ए तीन गुना ज़्यादा जिहड़ा वड्डा शहर सी उस वेले शकरगढ़ तो। लेकिन अज मैं कहंगा कि किस्मत दे खेड तुसी देखो, शहर जिहड़ा पिंड च बदल गया और जिहड़ा छोटा जिहा टाउन सी वह तहसील बन गया। ਇੱਥੇ ਦੀ ਹਿਸਟਰੀ ਦੇ ਬਾਰੇ 'ਚ ਨਾਲ ਨਾਲ ਗੱਲ ਕਰਾਂਗਾ। ਇਸ ਵੇਲੇ ਫਿਲ ਵਕਤ ਮੈਂ ਆਪਣੇ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਇੱਥੇ ਪਹੁੰਚਿਆ ਵਾਂ ਕਿ ਵਿਲੇਜ ਬਲੈਸਮਿਥ ਜਿਹੜਾ ਕਿ ਪਿੰਡ ਦਾ ਉਹ ਲਵਾਰਖਾਨਾ ਹੁੰਦਾ ਸੀ ਜਾਂ ਜਿੱਥੇ ਉਹ ਲਵਾਰ ਵਾਲਾ ਕੰਮ ਕੀਤਾ ਜਾਂਦਾ ਸੀ, ਦਾਤਰੀ ਦੰਦੇ ਪਾਏ ਜਾਂਦੇ ਸਨ, ਰੰਬੇ ਤੇਜ਼ ਕੀਤੇ ਜਾਂਦੇ ਸਨ ਕਈਆਂ, ਔਰ ਫਾਲੇ ਤੇਜ਼ ਕੀਤੇ ਜਾਂਦੇ ਸਨ ਜਾਂ ਟੋਕਿਆਂ ਦੇ ਜਿਹੜੇ ਬਲੇਡ ਸਨ ਉਹ ਲਾਏ ਜਾਂਦੇ ਸਨ। ਮੈਂ ਕਹਾਂਗਾ ਕਿ ਇਹ ਤੁਹਾਨੂੰ ਸਾਰਾ ਕੁਛ ਨਜ਼ਰ ਆ ਰਿਹਾ ਹੋਵੇਗਾ। ਦਾਤਰੀ ਨੂੰ ਪੈਂਦੇ ਹੋਏ ਦੰਦੇ, ਇਹ ਦੰਦੇ ਪੈ ਰਹੇ ਨੇ ਦਾਤਰੀ ਨੂੰ, ਔਰ ਉਸ ਤੋਂ ਬਾਅਦ ਜਿਹੜੀ ਗੱਲ ਕਰ ਰਿਹਾ ਸੀ ਮੈਂ ਫਾਲੇ, ਇਹ ਟੋਕੇ ਦੇ ਫਾਲੇ ਜਿਹੜੇ ਨੇ ਉਹ ਲੱਗ ਰਹੇ ਨੇ। ਗੱਲ ਜਿਸ ਵੇਲੇ ਵੀ ਹੁੰਦੀ ਹੈ ਕਲਚਰ ਐਂਡ ਹੈਰੀਟੇਜ ਪੰਜਾਬ ਦੇ ਮਸਲੇ, ਤਾਂ ਮੈਂ ਕਹਾਂਗਾ ਕਿ ਮੇਰਾ ਅਨਮੁੱਲਾ ਪੰਜਾਬ ਜਿਹੜਾ ਕਿ ਕਿਤੇ ਨਾ ਕਿਤੇ ਸੂਰਤ ਦੇ ਵਿੱਚ ਅੱਜ ਵੀ ਆਪਣੀ ਰਹਿਤ ਬਹਿਤ ਦੇ ਹਵਾਲੇ ਨਾਲ ਪਹਿਚਾਣਿਆ ਜਾਂਦਾ ਹੈ, ਔਰ ਸ਼ਾਇਦ ਈਸਟ ਪੰਜਾਬ ਦੇ 'ਚ ਚੀਜ਼ਾਂ ਖਤਮ ਹੋ ਰਹੀਆਂ ਹੋਣ ਲੇਕਿਨ ਅਗਰ ਤੁਸੀਂ ਦੇਖੋ ਤਾਂ ਵੈਸਟ ਪੰਜਾਬ ਦੇ ਅੰਦਰ ਜਿਹੜਾ ਤੁਹਾਨੂੰ ਕਿਧਰੇ ਕਿਧਰੇ ਹਲੇ ਵੀ ਚੀਦਾ ਚੀਦਾ ਜਿਹੜਾ ਕੰਮ ਹੈ ਉਹ ਤੁਹਾਨੂੰ ਮਿਲਦਾ ਹੈ। ਇਹ ਪੈ ਰਹੇ ਨੇ ਦਾਤਰੀ ਨੂੰ ਦੰਦੇ, ਔਰ ਇਹ ਚੜਾਈ ਹੋ ਰਹੀ ਹੈ ਟੋਕੇ ਦੇ ਫਾਲਿਆਂ ਦੀ ਬਲੇਡ ਦੀ। ਉਸ ਤੋਂ ਬਾਅਦ ਕਦੇ ਕਦਾਰ ਚਲਾਉਂਦੇ ਨੇ ਪਿੱਛੇ ਜਿਹੜਾ ਪੱਠੀ ਦਾ ਵੀਲ ਹੈ ਉਹ ਵੀ ਚੱਲਦਾ ਹੈ, ਔਰ ਉਹਦੇ ਵਿੱਚ ਕੱਚੇ ਗੋਇਆਂ ਦੀ ਲਾਈ ਹੋਈ ਜਿਹੜੀ ਅੱਗ ਹੈ ਉਹ ਵੀ ਇਹਦੇ ਵਿੱਚ ਯੂਜ਼ ਹੁੰਦੀ ਹੈ। ਇਹ ਪਿੱਛੇ ਪਿਆ ਹੋਇਆ ਪੰਜਾਬੀ ਫਿਊਲ ਜਿਹਨੂੰ ਕਿ ਯੂਜ਼ ਕੀਤਾ ਜਾਂਦਾ ਹੈ। ਤੁਸੀਂ ਵੇਖ ਰਹੇ ਹੋ ਵਿਲੇਜ ਬਲੈਕਸਮਿਥ, ਪਿੰਡ ਦਾ ਲਵਾਰਖਾਨਾ, ਪਿੰਡ ਸੁਖੋਚਕ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਰੋਵਾਲ, ਐਂਡ ਆਫ ਦਾ ਬਾਉਂਡਰੀ ਪਾਕਿਸਤਾਨ। ਇਸ ਵੇਲੇ ਮੈਂ ਖਲੋਤਾ ਹੋਇਆ ਵਾਂ ਜੰਮੂ ਦੀ ਐਂਟਰੈਂਸ 'ਤੇ, ਔਰ ਖਲੋਤਾ ਹੋਇਆ ਵਾਂ ਔਰ ਪੰਜਾਬ ਦਾ ਜਿਹੜਾ ਆਖਰੀ ਕਾਰਨਰ ਤੁਸੀਂ ਕਹਿ ਲਵੋ ਕਿ ਉਹ ਸੁਖੋ ਚੱਕ ਸੀ। ਇਸ ਤੋਂ ਬਾਅਦ ਅੱਗੇ ਸੇਮ ਲਾਈਕ ਨੌਰਥ ਵੈਸਟ ਰਾਵਲ, ਨੌਰਥ ਵੈਸਟ ਪੰਜਾਬ ਦੇ ਜਿਸ ਤਰ੍ਹਾਂ ਕਿ ਰਾਵਲਪਿੰਡੀ ਦਾ ਏਰੀਆ ਸ਼ੁਰੂ ਹੋ ਜਾਂਦਾ ਔਰ ਉਸ ਤੋਂ ਬਾਅਦ ਨਾਲ ਹੀ ਕਸ਼ਮੀਰ ਚੜ੍ਹਦਾ ਹੈ, ਅਤੇ ਇਸੇ ਤਰ੍ਹਾਂ ਜੰਮੂ ਨੂੰ ਜਾਣ ਵਾਲਾ ਸ਼ਾਰਟਕੱਟ ਰਸਤਾ ਜਿਹੜਾ ਸੀ ਉਹ ਇਸ ਪਾਸੋਂ ਜਾਂਦਾ ਸੀ, ਕਦੀ ਤਹਿਸੀਲ ਅੰਬਾਲਾ ਔਰ ਡਿਸਟ੍ਰਿਕਟ ਗੁਰਦਾਸਪੁਰ ਹੁੰਦਾ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ।